ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤੌਬਾ ਤੌਬਾ ਪੰਜਾਬੀ ਕੁੜੀ ਨਾਲ ਕੈਨੇਡਾ ਚ ਜੋ ਹੋਇਆ ਸੁਣ ਮਾਪਿਆਂ ਦੀ ਕੰਬੀ ਰੂਹ ਤਾਜ਼ਾ ਵੱਡੀ ਖਬਰ ਆ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਸ਼ਰਤਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੇ ਇਹੋ ਜਿਹੇ ਵਿਦੇਸ਼ੀ ਲਾੜਿਆਂ ਦੇ ਲਈ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਸੋ ਦੋਸਤੋ ਬਹੁਤ ਹੀ ਇੰਪੋਰਟੈਂਟ ਤੇ ਜ਼ਰੂਰੀ ਖਬਰ ਆ ਸੋ ਬੇਨਤੀ ਆ ਅੰਤ ਤੱਕ ਵੀਡੀਓ ਨੂੰ ਦੇਖਿਓ ਸੋ ਗੱਲ ਸ਼ੁਰੂ ਹੁੰਦੀ ਆ ਜੀ ਪੰਜਾਬ ਤੋਂ ਜਿੱਥੇ ਪੰਜਾਬੀ ਕੁੜੀ ਨਾਲ ਕੈਨੇਡਾ ਦੇ ਵਿੱਚ ਜੋ ਹੋਇਆ ਉਸ ਨੂੰ ਸੁਣ ਕੇ ਮਾਪਿਆਂ ਦੀ ਤਾਂ ਰੂਹ ਕੰਬ ਗਈਆਂ ਦੋਸਤੋ ਤੁਹਾਡੀ ਵੀ ਕੰਬ ਜੇਗੀ ਇਹ ਘਟਨਾ ਜਲੰਧਰ ਤੋਂ ਮਿਲੀ ਆ ਜੀ ਜਿੱਥੇ ਜਲੰਧਰ ਦੀ ਪੁਲਿਸ ਵੱਲੋਂ ਇੱਕ ਐਨ ਆਰ ਆਈ ਲਾੜੇ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪਤਾ ਲੱਗਾ ਕਿ ਕੋਸ਼ਿਸ ਸਮਾਂ ਪਹਿਲਾਂ ਟਰੋਲੀ ਕਲਾ ਦੀ ਪਰੰਪ੍ਰਿਤ ਕੌਰ ਮਨਹਾਸ ਦਾ ਵਿਆਹ ਕੈਨੇਡਾ ਦੇ ਰਹਿਣ ਵਾਲੇ ਅਮਰਤਪਾਲ ਸਿੰਘ ਪਰਹਾਰ ਦੇ ਨਾਲ ਕੀਤਾ ਗਿਆ। ਲੜਕੀ ਦੇ ਪਰਿਵਾਰ ਵੱਲੋਂ ਬਹੁਤ ਹੀ ਧੂਮਤਾਂ ਦੇ ਨਾਲ ਵਿਆਹ ਕੀਤਾ ਗਿਆ ਜਿਸ ਵਿੱਚ ਪਰਿਵਾਰ ਵੱਲੋਂ 25 ਲੱਖ ਕੈਸ਼ ਵੀ ਦਿੱਤਾ ਗਿਆ। ਇਸ ਵਿੱਚ ਕਾਫੀ ਸੋਨੇ ਦੇ ਗਹਿਣੇ ਵੀ ਮੌਜੂਦ ਸਨ ਪਰ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਨੂੰ ਉਹਨਾਂ ਦੀ ਪਸੰਦ ਦੇ ਅਨੁਸਾਰ ਵਿਆਹ ਨਾ ਕੀਤੇ ਜਾਣ ਕਾਰਨ ਪਰੇਸ਼ਾਨ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ। ਸੋ ਲੜਕੀ ਦੇ ਪਰਿਵਾਰ ਜਿਹੜਾ ਲड़का ਪਰਿਵਾਰ ਸੀ ਲੜਕੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਗਿਆ ਇਸ ਦੇ ਉਪਰੰਤ ਲੜਕੇ ਵੱਲੋਂ ਫੋਰਚੂਨਰ ਗੱਡੀ ਦੀ ਅਤੇ 10 ਲੱਖ ਰੁਪਏ ਹੋਰ ਕੈਸ਼ ਦੀ ਮੰਗ ਕੀਤੀ ਗਈ ਕਰ ਕਰਕੇ ਜੀ ਲੜਕੀ ਦੇ ਪਰਿਵਾਰ ਵੱਲੋਂ 5 ਲੱਖ ਰੁਪਏ ਦਾ ਜਿਹੜਾ ਕੈਸ਼ ਉਹਨਾਂ ਨੂੰ ਦਿੱਤਾ ਗਿਆ ਜਿਸ ਤੋਂ ਬਾਅਦ ਲੜਕਾ ਵਾਪਸ ਕੈਨੇਡਾ ਚਲਾ ਗਿਆ ਅਤੇ ਪਰਮਪ੍ਰੀਤ कौर ਦਾ ਕੰਮ ਬੰਨਣ ਤੇ ਉਹ ਵੀ ਕੈਨੇਡਾ ਪਹੁੰਚ ਗਈ ਉੱਥੇ ਜਾਣ ਤੇ ਪਰਮਪ੍ਰੀਤ ਨਾਲ ਫਿਰ ਤੋਂ ਮਾੜਾ ਵਿਵਹਾਰ ਉਸ ਨੇ ਸ਼ੁਰੂ ਕਰ ਦਿੱਤਾ ਲੜਕੀ ਦੇ ਗਰਭਵਤੀ ਹੋਣ ਤੇ ਉਸ ਦੇ ਉੱਪਰ ਦੋਸ਼ ਲਾਇਆ ਕਿ ਉਹ ਬੱਚਾ ਉਸ ਦਾ ਨਹੀਂ ਜਿਸ ਤੋਂ ਬਾਅਦ ਲੜਕੀ ਨੇ ਉਹ ਡੀਐਨਏ ਟੈਸਟ ਕਰਵਾਉਣਾ ਪਿਆ ਹੁਣ ਬੇਟਾ ਹੋ ਜਾਣ ਦੇ ਉਪਰੰਤ ਵੀ ਪਰੰਪਰੀਤ ਕੌਰ ਨੂੰ ਪਰੇਸ਼ਾਨ ਕੀਤਾ ਗਿਆ ਸੋ ਡੀਐਨਏ ਦੇ ਵਿੱਚ ਪਤਾ ਲੱਗਾ ਕਿ ਜਿਹੜਾ ਲੜਕਾ ਉਹ ਲੜਕੇ ਦਾ ਹੀ ਹੈ ਹੁਣ ਉਸ ਤੋਂ ਬਾਅਦ ਉਹਨੂੰ ਫਿਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕੈਨੇਡਾ ਦੇ ਵਿੱਚ ਇਸ ਤੋਂ ਤੰਗ ਆ ਕੇ ਲੜਕੀ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਘਟਨਾ ਦੀ ਜਾਣਕਾਰੀ ਦੇ ਦਿੱਤੀ ਜਿਸ ਤੋਂ ਬਾਅਦ ਕੈਨੇਡੀਅਨ ਪੁਲਿਸ ਦੇ ਵੱਲੋਂ ਪਰੰਪਰੀਤ ਕੌਰ ਅਤੇ ਬੱਚੇ ਨੂੰ ਇੱਕ ਸ਼ੈਲਟਰ ਹੋਮ ਦੇ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਪਰੰਪਰਿਤ ਆਪਣੇ ਭਰਾ ਦੇ ਕੋਲੇ ਰਹਿ ਰਹੀ ਆ ਤੇ ਪਰੰਪਰਿਤ ਘਰ ਵੱਲੋਂ ਆਪਣੇ ਪਤੀ ਦੇ ਖਿਲਾਫ ਜਲੰਧਰ ਵਿੱਚ ਦਾਜ਼ ਐਕਟ ਦੇ ਵਿੱਚ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਜਿਸ ਦੀ ਸ਼ਿਕਾਇਤ ਐਨ ਆਰ ਆਈ ਵਿੰਗ ਦੇ ਏ ਡੀ ਜੀ ਪੀ ਨੂੰ ਭੇਜ ਦਿੱਤੀ ਗਈ ਆ ਸੋ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਿਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਇਹੋ ਜਿਹੇ ਲਾਲਚੀ ਲਾੜਿਆਂ ਨੂੰ ਕਮੈਂਟ ਸੈਕਸ਼ਨ 'ਚੋ ਜਰੂਰ ਲਿਖੋ ਧੰਨਵਾਦ